ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਕੇਸਾਂ ਵਿੱਚ ਸਬੰਧਿਤ ਕਰੀਬ 5 ਕਰੋੜ ਦੇ 200 ਵਹੀਕਲ ਜਿਨ੍ਹਾਂ ਵਿੱਚ ਟਰੱਕ, ਟਰੈਕਟਰ ਅਤੇ ਕਾਰਾਂ ਵਗੈਰਾ ਸ਼ਾਮਲ ਹਨ, ਉਹਨਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤਾ ਹੈ। ਡਾਕਟਰ ਨਾਨਕ ਸਿੰਘ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪਟਿਆਲਾ ਲੋਕਾਂ ਦੀ ਸੇਵਾ ਅਤੇ ਉਹਨਾਂ ਦੀ ਹਿਫਾਜ਼ਤ ਲਈ ਹਰ ਸਮੇਂ ਤਿਆਰ ਹੈ। ਪੰਜਾਬ ਦੇ DIG ਪਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿੱਤਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣਿਆਂ 'ਚ, ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗ੍ਹਾ ਉਹ ਘੇਰਦੇ ਨੇ, ਕਾਫੀ ਸਾਡੇ ਕੋਲ ਵਹੀਕਲਸ ਪਏ ਨੇ, ਅਲੱਗ ਅਲੱਗ ਕੇਸਿਸ 'ਚ ਕਾਫੀ ਪੁਰਾਣੇ ਪਏ ਨੇ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਬਣਦੇ ਸੀਗੇ ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ। ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲੂਏਸ਼ਨ ਜਿਹੜੀ ਹੈ ਉਹ 5 ਕਰੋੜ ਦੇ ਨੇੜੇ। ਸੋ ਇਹਦੇ 'ਚ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ। 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ। ਸੋ ਇਹਦੇ 'ਚ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ, SP ਸਪੈਸ਼ਲ ਬ੍ਰਾਂਚ ਨੇ, DSP ਹੈੱਡਕੁਆਰਟਰ ਨੇ, DSP NDPS ਨੇ ਅਤੇ ਇਹਨਾਂ ਦੀਆਂ ਟੀਮਸ ਨੇ, DSP ਜਿਹੜੀਆਂ ਕੰਸਰਨ ਸਬ ਡਿਵੀਜ਼ਨਸ ਦੇ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਲ ਕੀਤੇ ਨੇ। ਸੋ ਇਟਸ ਅ ਕਲੈਕਟਿਵ ਐਫਰਟ, ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ, ਤੁਸੀਂ ਦੇਖ ਸਕਦੇ ਹੋ ਇੱਥੇ ਓਨਰਸ ਵੀ ਬੈਠੇ ਹੋਏ ਨੇ। ਸੋ ਉਹਨਾਂ ਨੂੰ ਕਾਫੀ ਦੇਰ ਬਾਅਦ ਆਪਣੇ ਵਹੀਕਲਸ ਦੀ ਇਹ ਮਿਲਣੀ ਹੈ ਪੋਜੀਸ਼ਨ ਉਹਦਾ ਐਜ਼ ਪਰ ਕੋਰਟ ਆਰਡਰਸ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ, ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਨੇ ਪੁਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ, ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ ਉਹਨਾਂ ਦੇ ਐਕਚੁਅਲ ਓਨਰਸ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤੇ। ਕਰ ਰਹੇ ਵਾਪਸ ਉਹ ਚੱਲ ਰਿਹਾ ਜੀ। ਅਸੀਂ ਇੱਕ ਸਪੈਸ਼ਲ ਸੈੱਲ ਵੀ ਬਣਾਇਆ, ਤੋ ਉਹਦੇ 'ਚ ਮੇਰੀ ਹੁਣੇ ਆਉਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ। ਸੋ ਉਹਦੇ 'ਚ ਅਸੀਂ ਕੇਸਿਸ ਤਿਆਰ ਕਰ ਰਹੇ ਹਾਂ। ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਪੇਸ ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ, ਜਿਹੜੀ ਪ੍ਰੋਪਰਟੀ ਅਟੈਚਮੈਂਟ ਹੈ। ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ 'ਚ ਉਹਦਾ ਰਿਜ਼ਲਟ ਦਿਸਣੇ ਸ਼ੁਰੂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।